ਇਹ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਮਾਛੀਵਾੜਾ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਤੋਂ, ਜਿੱਥੇ ਸੋਮਵਾਰ ਸਵੇਰੇ ਸਰੋਵਰ ਦੀ ਆਏ CCTV ਤਸਵੀਰਾਂ ਨੇ ਅਤੇ ਆਹ ਫੋਟੋ ਇਸ ਨੌਜਵਾਨ ਰਿੱਕੀ ਦੀ ਜੋ ਸਰੋਵਰ 'ਚ ਇਸ਼ਨਾਨ ਕਰਨ ਤਾਂ ਉਤਰਿਆ ਪਰ ਸਰੋਵਰ 'ਚ ਹੀ ਡੁੱਬ ਕੇ ਉਸਦੀ ਮੌਤ ਹੋ ਗਈ। ਜੀ ਹਾਂ, ਕਾਬਲੇ ਗੌਰ ਹੈ ਕਿ 19 ਸਾਲ ਦਾ ਇਹ ਨੌਜਵਾਨ ਰਿੱਕੀ ਆਪਣੇ 3 ਦੋਸਤਾਂ ਨਾਲ ਚਰਨ ਕਮਲ ਸਾਹਿਬ ਮੱਥਾ ਟੇਕਣ ਆਇਆ ਸੀ ਅਤੇ ਮੌਕੇ 'ਤੇ ਤਸਵੀਰਾਂ ਤੁਸੀਂ ਦੇਖੋ ਕਿ ਰਿੱਕੀ ਨੇ ਜਦੋਂ ਸਰੋਵਰ ਦੇ ਡੂੰਘੇ ਪਾਸੇ ਵੱਲ ਛਾਲ ਮਾਰੀ ਤਾਂ ਉੱਥੇ ਡੁੱਬਣ ਲੱਗਿਆ। ਉਸਦੇ ਸਾਥੀਆਂ ਨੇ ਮੌਕੇ 'ਤੇ ਰਿੱਕੀ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ, ਜਿਵੇਂ ਕਿ ਤੁਸੀਂ ਥੋੜ੍ਹਾ ਬਹੁਤ ਧੁੰਦਲਾ ਦੇਖ ਸਕਦੇ ਹੋ, ਪਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਰੇ ਨਾਕਾਮ ਹੋ ਗਏ ਅਤੇ ਮੌਕੇ 'ਤੇ ਉਸ ਨੂੰ ਬਚਾਉਣ ਵਾਲੇ ਲੋਕ ਡੁੱਬਦਾ ਦੇਖ ਕਈ ਤਾਂ ਮੌਕੇ ਤੋਂ ਭੱਜ ਹੀ ਗਏ, ਸ਼ਾਇਦ ਮਦਦ ਲੈਣ ਗਏ ਹੋਣ, ਅਤੇ ਨੌਜਵਾਨ ਅੰਦਰ ਡੁੱਬਦਾ ਡੂੰਘਾ ਚਲਾ ਗਿਆ ਅਤੇ ਜਦੋਂ ਕੁਝ ਸਮਾਂ ਬਾਅਦ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਤਾਂ ਜਾਣਕਾਰੀ ਮੁਤਾਬਕ ਉਸਦੀ ਮੌਤ ਹੋ ਚੁੱਕੀ ਸੀ। ਨੌਜਵਾਨ ਲੁਧਿਆਣਾ ਦੇ ਕੋਲ ਭਾਮੀਆ ਖੁਰਦ ਥਾਣਾ ਜਮਾਲਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਅਤੇ ਮੌਕੇ 'ਤੇ ਸਾਰੀ ਘਟਨਾ ਗੁਰੂ ਘਰ ਦੇ ਸਰੋਵਰ ਕੋਲ ਲੱਗੇ CCTV ਕੈਮਰਿਆਂ 'ਚ ਕੈਦ ਹੋ ਗਈ। ਖੰਨਾ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ January 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।